ਤੁਸੀਂ ਵੇਖ ਰਹੇ ਹੋ ਚੱਕ ਦੇ ਟੀਵੀ ਤੇ ਮੈਂ ਹਾਂ ਸੁਖਪੱਟੀ ਵੱਲ ਲੈ ਕੇ ਹਾਜ਼ਰ ਹੋਇਆ ਹਰ ਜਾਣਕਾਰੀ ਨੂੰ ਤੁਹਾਡੇ ਰੂਬਰੂ ਕਰਦੀਆਂ ਖਬਰਾਂ। ਖਬਰਾਂ ਦਾ ਆਗਾਜ਼ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਵੱਲ। ਰਾਜੋਆਣਾ ਫਾਂਸੀ ਮਾਮਲੇ 'ਚ ਕੇਂਦਰ ਸਰਕਾਰ ਦੀ ਦੋਗਲੀ ਰਾਜਨੀਤੀ ਆਈ ਸਾਹਮਣੇ। ਅਮਿਤ ਸ਼ਾਹ ਦੇ ਬਿਆਨ ਤੇ ਭੜਕੇ ਗਿਆਨੀ ਹਰਪ੍ਰੀਤ ਸਿੰਘ। ਅਕਾਲੀ ਦਲ ਤੇ ਡਿੱਗੀ ਗਾਹ। ਸੋਸ਼ਲਿਸਟ ਪਾਰਟੀ ਦੁਆਰਾ ਦਰਜ ਕੇਸ 'ਚ ਅਦਾਲਤ ਨੇ ਪ੍ਰਕਾਸ਼ ਬਾਦਲ ਦੇ ਨਾਲ ਸੁਖਬੀਰ ਅਤੇ ਚੀਮਾ ਨੂੰ ਵੀ ਦਿੱਤਾ ਅਦਾਲਤ 'ਚ ਪੇਸ਼ ਹੋਣ ਦਾ ਨੋਟਿਸ। ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਪਿੱਛੇ ਪਏ ਮਜੀਠੀਆ ਰੰਧਾਵਾ ਤੇ ਜੱਗੂ ਗੈਂਗਸਟਰ ਦੇ ਸਬੰਧਾਂ ਦੀ ਗਵਰਨਰ ਸਾਹਮਣੇ ਖੋਲ੍ਹੀ ਪੋਲ। ਮੀਡੀਆ ਸਾਹਮਣੇ ਮਜੀਠੀਆ ਨੇ ਨਵਜੋਤ ਸਿੱਧੂ ਦੀ ਅੜਾਈ ਖਿੱਲੀ, ਕਿਹਾ ਕਿਸੇ ਪਾਰਟੀ ਜ਼ਿਆਦਾ ਦੇਰ ਟਿਕ ਨਹੀਂ ਸਕਦੇ, ਠੋਕੋ ਤਾਲੀ। ਯੂਥ ਕਾਂਗਰਸ ਦੀਆਂ ਚੋਣਾਂ 'ਚ ਹੋਈ ਖੂਨੀ ਜੰਗ, ਕਾਂਗਰਸ ਦੇ ਧੜੇ ਆਪਸ 'ਚ ਭਿੜੇ, ਪੁਲਿਸ ਨੇ ਕੀਤਾ ਲਾਠੀਚਾਰਜ। ਤਨਖਾਹਾਂ ਨਾ ਮਿਲਣ ਕਾਰਨ ਬਿਜਲੀ ਮੁਲਾਜ਼ਮ ਯੂਨੀਅਨ ਨੇ ਬਿਜਲੀ ਘਰ ਨੂੰ ਲਾਇਆ ਤਾਲਾ, ਦਿੱਤੀ ਚੇਤਾਵਨੀ, ਖੋਲ੍ਹਿਆ ਕੈਪਟਨ ਖਿਲਾਫ ਮੋਰਚਾ। ਕਿਸਾਨਾਂ ਨੇ ਖੇਮਕਰਨ ਅੰਮ੍ਰਿਤਸਰ ਰੇਲ ਟਰੈਕ ਕੀਤਾ ਜਾਮ, 1 ਦਸੰਬਰ ਤੋਂ ਲਗਾਤਾਰ ਧਰਨਾ ਜਾਰੀ। ਹੁਣ ਖਬਰਾਂ ਵਿਸਤਾਰ ਨਾਲ। ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮੁਆਫੀ ਸੰਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ 'ਚ ਇੱਕ ਅਜਿਹਾ ਬਿਆਨ ਦਿੱਤਾ ਸੀ ਜਿਸ ਕਾਰਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ। ਨਾਲ ਹੀ SGPC ਅਤੇ ਅਕਾਲੀ ਦਲ ਨੂੰ ਇਸ ਮਾਮਲੇ ਦੀ ਪੈਰਵਾਈ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਨੇ। ਦੇਖੋ ਕੀ ਹੈ ਪੂਰੀ ਖਬਰ। ਜਦੋਂ ਤੋਂ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮੁਆਫੀ ਨੂੰ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ 'ਚ ਬਿਆਨ ਦਿੱਤਾ ਹੈ, ਉਦੋਂ ਤੋਂ ਹੀ ਪ੍ਰਤੀਕਿਰਿਆਵਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਮਾਮਲੇ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਕਾਰਨ ਸਮੁੱਚੀ ਸਿੱਖ ਕੌਮ ਨੂੰ ਭਾਰੀ ਠੇਸ ਪਹੁੰਚੀ ਹੈ। ਬੇਹੱਦ ਅਫਸੋਸ ਵੀ ਹੋਇਆ, ਦੁੱਖ ਵੀ ਹੋਇਆ ਜਦੋਂ ਇਹ ਖਬਰ ਸੁਣੀ ਸੀ ਕਿ ਭਾਰਤ ਸਰਕਾਰ ਨੇ ਰਾਜੋਆਣੀ ਦੀ ਫਾਂਸੀ ਦੀ ਸਜ਼ਾ ਜਿਹੜੀ ਹੈ ਉਹਨੂੰ ਮਾਫ਼ ਕਰ ਦਿੱਤਾ ਹੈ। ਉਦੋਂ ਖੁਸ਼ੀ ਵੀ ਹੋਈ ਸੀ ਅਤੇ ਹੈਰਾਨਗੀ ਵੀ ਹੋਈ ਸੀ ਕਿ ਦਿੱਲੀ ਨੇ ਜਿਹੜਾ ਇਹ ਕਿਵੇਂ ਕਰ ਦਿੱਤਾ, ਕਿਉਂ ਕਰ ਦਿੱਤਾ। ਪਰ ਅੱਜ ਸਾਰੀ ਅਸਲੀਅਤ ਜਿਹੜੀ ਹੈ ਉਹ ਸਾਹਮਣੇ ਆਈ ਹੈ। ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਨੇ ਜਿਹੜਾ ਉਹ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਸਜ਼ਾ ਜਿਹੜੀ ਹੈ ਮਾਫ਼ ਨਹੀਂ ਹੋਈ। ਇਹਦੇ ਨਾਲ ਪੂਰੇ ਦੁਨੀਆ ਦੇ ਵਿੱਚ ਵਸਦੇ ਸਿੱਖਾਂ ਦੇ ਮਨਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਔਰ ਜਿਹੜੀ ਉਮੀਦ ਸੀ ਭਾਰਤ ਸਰਕਾਰ 'ਤੇ ਬਣੀ ਹੋਈ ਉਹ ਉਮੀਦ ਜਿਹੜੀ ਹੈ ਇੱਕੋ ਝਟਕੇ ਦੇ ਨਾਲ ਟੁੱਟੀ ਹੈ ਔਰ ਬੇਗਾਨਗੀ ਦਾ ਅਹਿਸਾਸ ਜਿਹੜਾ ਹੈ ਉਹ ਪੈਦਾ ਹੋਇਆ। ਸਿੰਘ ਸਾਹਿਬ ਨੇ ਜਿੱਥੇ ਕੇਂਦਰ ਸਰਕਾਰ ਤੋਂ ਤੁਰੰਤ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮੁਆਫੀ ਦੀ ਮੰਗ ਕੀਤੀ ਹੈ, ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਨੂੰ ਇਸ ਮਾਮਲੇ ਦੀ ਪੈਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਨੇ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਭਾਈ ਰਾਜੋਆਣੇ ਦੀ ਫਾਂਸੀ ਜਿਹੜੀ ਹੈ ਉਹਨੂੰ ਤੁਰੰਤ ਮੁਲਤਵੀ ਕਰੇ, ਉਹਨੂੰ ਰੱਦ ਕਰੇ ਅਤੇ ਰੱਦ ਕਰਕੇ ਭਾਈ ਰਾਜੋਆਣੀ ਦੀ ਰਿਹਾਈ ਦਾ ਜਿਹੜਾ ਰਾਹ ਪੱਧਰਾ ਕਰੇ। ਇਹਦੇ ਨਾਲ ਜਿੰਨੇ ਵੀ ਜੇਲ੍ਹਾਂ ਦੇ ਵਿੱਚ ਬੈਠੇ ਬੰਦੀ ਨੇ ਸਾਡੇ ਉਹਨਾਂ ਸਾਰਿਆਂ ਨੂੰ ਰਿਹਾਅ ਕਰੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ, ਸਾਰਿਆਂ ਨੂੰ ਜਿਹੜਾ ਉਹ ਕਹਾਂਗੇ ਕਿ ਇਸ ਦੀ ਪੈਰਵੀ ਜਿਹੜੀ ਹੈ ਉਹ ਜ਼ਰੂਰ ਕੀਤੀ ਜਾਏ। ਪ੍ਰਧਾਨ ਮੰਤਰੀ ਨੂੰ ਮਿਲਣਾ ਪਵੇ, ਰਾਸ਼ਟਰਪਤੀ ਨੂੰ ਮਿਲਣਾ ਪਵੇ, ਗ੍ਰਹਿ ਮੰਤਰੀ ਨੂੰ ਮਿਲਣਾ ਪਵੇ, ਮਿਲ ਕੇ ਅਤੇ ਸਾਰੀ ਸਥਿਤੀ ਜਿਹੜੀ ਹੈ ਉਹ ਸਪਸ਼ਟ ਹੋਣੀ ਚਾਹੀਦੀ ਹੈ। ਇਸ ਮੌਕੇ ਸਿੰਘ ਸਾਹਿਬ ਨੇ ਕੇਂਦਰ ਸਰਕਾਰ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮੁਆਫੀ ਤੇ ਦਿੱਲੀ ਦੀ ਸਿੱਖਾਂ ਪ੍ਰਤੀ ਦੋਗਲੀ ਰਾਜਨੀਤੀ ਦੱਸਿਆ। ਬਿਲਕੁਲ ਲੱਗਦਾ ਕਿਤੇ ਨਾ ਕਿਤੇ ਇਹ ਦੋਗਲੀ ਨੀਤੀ ਉਹ ਲੱਗਦੀ ਹੈ ਕਿ ਪਹਿਲਾਂ ਐਲਾਨ ਕਰ ਦੇਣਾ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਇਸ ਨੂੰ ਰੱਦ ਕਰ ਦੇਣਾ ਕਿਤੇ ਨਾ ਕਿਤੇ ਦਰਸਾਉਂਦਾ ਹੈ ਕਿ ਭਾਰਤ ਸਰਕਾਰ ਦੀ ਮਨਸ਼ਾ ਜਿਹੜੀ ਹੈ 1947 ਤੋਂ ਸਿੱਖਾਂ ਦੇ ਪ੍ਰਤੀ ਜਿਹੜੀ ਹੈ ਉਹ ਸਾਫ਼ ਨਹੀਂ ਹੈ। ਸੰਨ 2009 'ਚ ਸੋਸ਼ਲਿਸਟ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਦਲਜੀਤ ਚੀਮਾ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਹੁਣ ਇਸ ਮਾਮਲੇ 'ਚ ਅਦਾਲਤ ਵੱਲੋਂ ਅਕਾਲੀ ਦਲ ਦੇ ਇਹਨਾਂ ਤਿੰਨੇ ਮੋਹਰੀ ਲੀਡਰਾਂ ਨੂੰ ਹੁਸ਼ਿਆਰਪੁਰ ਦੀ ਅਦਾਲਤ 'ਚ 20 ਦਸੰਬਰ ਨੂੰ ਪੇਸ਼ ਹੋਣ ਦਾ ਹੁਕਮ ਜਾਰੀ ਕੀਤਾ ਗਿਆ। ਸਾਲ 2009 'ਚ ਸੋਸ਼ਲਿਸਟ ਪਾਰਟੀ ਦੇ ਲੀਡਰ ਬਲਵੰਤ ਸਿੰਘ ਖੇੜਾ ਤੇ ਓਮ ਸਿੰਘ ਸਟਿਆਣਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਬਾਦਲ ਤੇ ਜਨਰਲ ਸਕੱਤਰ ਦਲਜੀਤ ਚੀਮਾ ਤੇ ਕੇਸ ਦਰਜ ਕਰਵਾਇਆ ਸੀ।
इन्होंने दावा किया कि अकाली लीडर ने जाली दस्तावेज पेश करके श्रोमणी अकाली दल की मानता हासिल की है। उन्होंने वालों बादलों से यह भी इल्जाम लगाए गए कि यह पार्टी गलत तौर पर श्रोमणी कमेटी से दिल्ली श्रोमणी कमेटी दी चोणा लड़ती रही है। इस केस को लेकर हुण सुखबीर बादल ते प्रकाश सिंह बादल अते चीमा कसूते फसदे नजर आ रहे हैं। इस मामले च हुण श्रोमणी अकाली दल दे सरप्रस्त प्रकाश सिंह बादल, प्रधान सुखबीर बादल ते जनरल सकत्तर दलजीत चीमा नूं हुशियारपुर दी अदालत ने तलब कीता है। दस दईए कि सुखबीर बादल, प्रकाश बादल ते चीमा नूं इस केस च 20 दसंबर नूं पेश होण दे हुक्म जारी होए ने। गैंगस्टर जग्गू भगवानपुरीए कारण विक्रम मजीठिया अते सुखजिंदर रंधावा विचकार तिखी शब्दी जंग देखण नूं मिल रही है। मजीठिया साहब रंधावा दे जग्गू नाल गूढ़े संबंध होण दे इल्जाम लगा रहे ने, जिस दे चलदे इस मामले नूं लैके मजीठिया साहब गवर्नर तक पहुंच चुके ने। देखो की है पूरा मामला। बीती काफी दिन पहला जेल चो जग्गू भगवानपुरीए दे जन्मदिन दीआं कुछ तस्वीरां वायरल होईआं सी, जिस तो बाद सुखबीर बादल दे करीबी लीडर विक्रम मजीठिया जेल मंत्री सुखजिंदर रंधावा दे पिछे हाथ धो के पै गए। उदों तो ही दोवां विचकार इस मामले नूं लैके शब्द दी जंग चल रही है। मजीठिया साहब रंधावा साहब दे जग्गू दे नाल गूढ़े संबंध होण दे इल्जाम लगा रहे ने, ते रंधावा साहब कह रहे ने कि मजीठिया साहब दे गैंगस्टरां नाल संबंध ने। मजीठिया साहब गवर्नर तक पहुंच चुके ने। जी हां, विक्रम मजीठिया ने इस मामले नाल संबंध एक बार फिर मीडिया के कैमरे सामने रंधावा नूं निशाने ते रखिया। देखो कोलैप्स हो गया जी, और जो सबसे बड़ी चिंता का विषय हमने गवर्नर साहब को बताया है कि टेररिस्ट, गैंगस्टर, पॉलिटिशियन, जेल नेक्सस जो चल रहा है, जो लोग इस देश को तोड़ना चाहते हैं, जो आईएसआई पाकिस्तान के इशारे में काम कर रहे हैं और गैंगस्टर को इस्तेमाल करते हैं, वो सब इकट्ठे बंद हैं अंदर जेल में, और उनके तो हैप्पी बर्थडे मनाए जा रहे हैं, मोबाइल पे मोबाइल मिल रहे हैं, और अगर इलेक्टेड मेंबर जाके शिकायत करते हैं तो एक आईजी साहब हैं जो दो घंटे में पता नहीं कौन सी लाइटनिंग इन्वेस्टिगेशन करके इलेक्टेड मेंबर पे तो बेभरोस की और गैंगस्टर को क्लीन चिट, ये कौन सा प्यार है, ये कौन सा इंसाफ है। ये सारी चीज़ों के बारे, और वो चाहे वो कल ब्रॉड डेलाइट मर्डर हुआ है, उसमें भी जो उसने क्लेम कराया गैंगस्टर ने, वो भी जग्गू भगवानपुरीए का साथी, 1500 करोड़ की कबड्डी की आईपीएल लीग चल रही है जेल से, और उसके बारे फेडरेशनों ने जाके डीजीपी को शिकायत दे दी है। तो ये रोज किलिंग हो रही है, एक्सटॉर्शन चल रहा है, कॉन्ट्रैक्ट किलिंग हो रही है, ड्रग मनी के साथ सारा काम हो रहा है। ये सारे पे जिस तरीके का कवर अप और इनह्यूमन शेमलेस एटीट्यूड जो मिनिस्टर का देखने को मिल रहा है, उसको मुर्गी खाने के मुर्गी मार रही है, उसका फिक्र है। एक आदमी मर गया, किसी का बाप मर गया, बच्चे नातों के, उसका कोई फिक्र। इस मौके पत्रकारा ने मजीठिया तो राजुआणा दी फांसी दी सजा माफी बारे दिते अमित शाह दे बयान बारे जदों सवाल किया, तब मजीठिया साहब ने कहा कि प्रकाश सिंह बादल ने पहला ही गृह मंत्रालय नाल इह गल तोरी हुई है कि राजुआणा दी फांसी दी सजा माफ की जाए। देखो हम तो अंदर थे जब हमारे पास ये आया है, हम बड़े क्लियर है जी, और सरदार प्रकाश सिंह जी बादल ने एज मुख्यमंत्री इसको बात को तब होम मिनिस्टर के साथ उठाया भी हुआ है कि जो राजुआना साहब हैं उनकी जो ये हैंगिंग का है इसको तब्दील करना चाहिए, क्योंकि उन्होंने 30 साल से ज़्यादा समय जेल में काट लिए, और उस वक्त सारी कांग्रेस के लीडर बीच में ही बिट्टू के भाई अपना गुरकीरत कोटलिया विधानसभा का रिकॉर्ड कर निकाले, उन्होंने भी हमारे इस बात का, बादल साहब की बात का समर्थन करा हुआ है, ये मैटर ऑफ रिकॉर्ड है। सो आज वो किस लोगों के इशारे पे खेल रहे हैं, क्या उनकी मजबूरियां बन गई हैं, ये वो बता सकते हैं, मगर मैं आज भी कहता हूं, और मैं, मेरे को वो होम मिनिस्टर साहब ने क्या जवाब दिया वो मैंने को देखना पड़ेगा, मगर हमारा सिचुएशन बड़ा क्लियर है। कई पुलिस के कर्मचारी रिहाई करे जा सकते हैं,
जिन्होंने भी उनके खिलाफ केस चले, केस चलने के बाद 20-20 साल के बाद कैद हुई, अगर उनके लिए एटीट्यूड पॉजिटिव रखा जा सकता है तो इनकी इन लोगों के लिए क्यों नहीं जिन्होंने 30 साल सजा काटी। जिथे पहला कांग्रेसी लीडर नवजोत सिंह सिद्धू ने कैप्टन तो दूरी बना अमित शाह नाल मुलाकात की सी, उते हुण आम आदमी पार्टी वालों नवजोत सिंह सिद्धू की पत्नी नवजोत कौर नाल मुलाकात की गई है, जिस तों बाद जदों इस मुलाकात बारे मीडिया ने अकाली लीडर बिक्रम मजीठिया नूं सवाल किया तो मजीठिया साहब ने तिखे वार करदिआं ठोको ताली वाले सिद्धू साहब की खूब खिली अड़ाई। देखो कांग्रेस के ताकत साबका कैबिनेट मंत्री नवजोत सिंह सिद्धू काफी समय तो अपने घर च ही कैद ने, ना तो वह मीडिया नाल रूबरू हुंदे ने ना किसी नूं मिलदे ने, जे कदे बाहर निकलदे भी ने तां उह मीडिया तो कोहां दी दूरी बना के रखदे ने, पर पिछले कई दिनों तो उन्हां वल्लों अजिहियां गतिविधियां कीतियां गईयां जिन्हां नूं वेख क्यास लगाए जा रहे ने कि सिद्धू साहब कांग्रेस तो अलग होके अपनी कोई खिचड़ी पकाउणगे। पहला उन्होंने अमित शाह नाल मुलाकात की, फिर हुण आप पार्टी वालों नवजोत कौर सिद्धू नाल मुलाकात की गई, जिस तो बाद काफी वड्डे सवाल उठ रहे ने। सिद्धू दी गल होवे ते मजीठिया तो सवाल ना किया जाए यह तो हो ही नहीं सकता। रंधावा खिलाफ शिकायत लैके गवर्नर कोर पहुंचे मजीठिया नूं, पत्रकारा ने आप दी नवजोत कौर नाल होई मुलाकात बारे पूछा, ता मजीठिया ने मीडिया दे कैमरे सामने नवजोत सिंह सिद्धू दी खूब मंजी ठोकी अते खिल्ली भी उड़ाई। देखो मैं आपको पहले बता चुका हूँ जी कि ठोको ताली किसी पार्टी में नहीं टिक सकते ज्यादा चले। मैंने विधानसभा की फ्लोर में ये बोला, उनकी एक एक्सपायरी डेट होती है, 2 साल उन्होंने हर पार्टी में काटने होते हैं, अब ठोको ताली का समय आ गया, कहीं जाएंगे जाएं, हमारा क्या काम है यार, सवारी अपने सामान के लिए आप कांग्रेस में फ्रंट खड़ा कर रहे हैं जी, कांग्रेस के अंदर ही लगा रहे हैं, करने की कोशिश कर रहे हैं, फिर कर रहे हैं तो उनकी पुरानी आदत नहीं हटती, आदत तो सबके साथ ही विरोध में रहते हैं, मैं क्या उसके बारे में। लुधियाना च यूथ कांग्रेस दी चोणां दौरान माहौल काफी तनावपूर्ण रहा, जिथे दो धड़ियां विचकार खूनी जंग देखने को मिली, उत्थे ही पुलिस भी गुंडागर्दी करदी नजर आई, जिसके चलदे कांग्रेस के एक धड़े अते पुलिस मुलाजमान विचकार भी हथों पाई देखने को मिली। देखो पूरी खबर। यह जो तस्वीर तुसी अपनी टीवी स्क्रीन ते देख रहे हो यह लुधियाना दियां ने, जिथे यूथ कांग्रेस दियां चोणां दौरान माहौल उस समय खराब हो गया जो एक पक्ष वालों दूजे पक्ष उत्ते जाली वोटां पाउण दे दोष मढ़े गए, जिसके कारण माहौल इना तनावपूर्ण हो गया कि गोली चलन की भी खबर सामने आई। इस दौरान एक व्यक्ति जख्मी दसिया जा रहा है, उधर हालातों काबू करने लिए पुलिस भी गुंडागर्दी ही करती नजर आई, जिसके नतीजे वजो जो होया थोड़े सामने है। देखो पहला सुनो पहले धिर का पक्ष, जिस वालों दूजी धिर के नाल नाल पंजाब पुलिस से भी गंभीर दोष लगाए गए। मेरे जो वोटा बनाई हुई ने यूथ दिया, मैं वो उन्होंने इतों पुलिस रोक के वापस भेज रही। हुण सुनो दूजी धिर का पक्ष, जो बनाई हुई है हर घर के बाहर कैमरा लगे, उन्होंने फुटेज कटा लो, जे मेरे को कोई वैपन हो या मेरे नाम से वैपन का लसेंस भी हो, जे बंद ने फायरिंग की होंगी फायरिंग करके भजदा हों खड़ा नहीं हों। बस जी साडे को वोट आ, साडी वोट पोल हो रही है, वोट नहीं है नहीं हो रही है सर, जाली वोटा तो अंदर दसणगे ना, बाहर ये डिसाइड करने वाले कौन होंगे भी जाली है कि ठीक है। इन्होंने बंदे कॉल करके बुलाए हैं, जो दूजे पास्यों आए हैं उन्होंने आंदे सर फायर किए हैं, जो इन्होंने लड़ाई शुरू की है। जो हल्के दे कांग्रेस इंचार्ज कवलजीत सिंह कड़वल नाल गल की गई तो देखो उन्हों का की कहना है।
हो ही जाते हैं, अक्सर कई बार तकरार हो जाता गा, पर कुछ ऐसे शरारती अंसर होंगे जिहड़े विरोधी पार्टियां दे आके विच कोई ना कोई इस गल नूं दो भरावां भरावां नूं लड़ा के फायदा पाउण दी कोशिश करदे। तो मैं समझदा दो भरावां दा जे झगड़ा होया उह च तीजे बंदिआं ने जां किहने गोली चलाई आ मैनूं नहीं पता किहने चलाई आ, जिहने गोली चलाई आ उहदे ते जिहड़ी इह कारवाई जरूर होणी चाहीदी आ। सो इलैक्शन आ जिहड़ी उह कंटिन्यू, क्योंकि साडे संविधान दे मुताबिक जो है उह इलैक्शन रोकी नहीं जा सकदी, इलैक्शन जिहड़ियां वोटां उह पै रहीआं ने। ਜੇ ਤੁਸੀਂ ਜਿੰਨੇ ਗੋਲੀ ਦੋਸ਼ ਲੱਗੇ ਨੇ ਗੋਲੀ ਚਲਾਉਣ ਦੇ ਉਹਨਾਂ 'ਤੇ ਕਾਰਵਾਈ ਕਰਵਾਓਗੇ? ਨਹੀਂ, ਉਹ ਤਾਂ ਸਾਡੀ ਪਾਰਟੀ ਦਾ, ਸਾਡੀ ਸਾਰੀ ਪ੍ਰਸ਼ਾਸਨ ਦਾ, ਸਾਡੀ ਲੀਡਰਸ਼ਿਪ ਦਾ ਜ਼ਿੰਮੇਵਾਰੀ ਬਣਦੀ ਆ। ਜਿਸ ਬੰਦੇ ਨੇ ਇਹ ਕੰਮ ਕੀਤਾ ਉਹ ਸੋ, ਦੇਖੋ ਮੈਂ ਗੱਲ ਤਾਂ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਅਤੇ ਪੁਲਿਸ ਨੂੰ ਕਈ ਵਾਰ ਆਪਦੇ ਪੁੱਤ 'ਤੇ ਵੀ ਕਦੇ ਡਾਂਗ ਚਲਾਉਣੀ ਪੈ ਜਾਂਦੀ ਹੁੰਦੀ ਆ। ਸੋ ਇਹ ਗੱਲ ਨਹੀਂ ਹੁੰਦੀ ਯਾਰ, ਜੇ ਕਿਤੇ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਪੁਲਿਸ ਨੂੰ ਕੋਈ ਸਖਤੀ ਕਰਨੀ ਪਈ ਆ, ਮੈਂ ਇਹਨੂੰ ਕੋਈ ਗਲਤ ਨਹੀਂ ਸਮਝਦਾ। डीसीपी अश्विनी कपूर ने दावा किया है कि माहौल पूरी तरह शांत है ते चोणा हो रही ने। ਜੀ ਕੀ ਦੋ ਜਿਵੇਂ ਕਾਂਗਰਸ ਦੇ ਯੂਥ ਦੇ ਆਰਗੇਨਾਈਜੇਸ਼ਨਲ ਇਲੈਕਸ਼ਨ ਹੈਗੇ ਅੱਜ, ਤੋਂ ਇਹ 'ਚ ਨੈਚੁਰਲੀ ਹੁੰਦਾ ਦੋ ਗਰੁੱਪਸ ਤਾਂ ਹੁੰਦੇ ਹੀ ਆ, ਦੋ ਕੈਂਡੀਡੇਟਸ ਹੈਗੇ ਆ, ਤੋਂ ਉਹਨਾਂ ਦੇ ਸਪੋਰਟਰ ਆਪਸ 'ਚ ਪੋਲਿੰਗ ਬੂਥ ਤੋਂ 200 ਮੀਟਰ 'ਤੇ ਜਿੱਥੇ ਇਹਨਾਂ ਦੇ ਸਟਾ ਉਹ ਲੱਗੇ ਹੋਏ ਆ, ਟੈਂਟ ਲੱਗੇ ਹੋਏ ਆ ਸਪੋਰਟਰਸ ਦੇ, ਉੱਥੇ ਆ ਕੇ ਇਹਨਾਂ ਦੀ ਆਪਸ 'ਚ ਕੋਈ ਤਲਖੀਬਾਜ਼ੀ ਹੋਈ ਆ। ਤਲਖੀਬਾਜ਼ੀ 'ਚ ਜਦੋਂ ਫੋਰਸ ਨੇ ਆ ਕੇ ਇਹਨਾਂ ਨੂੰ ਭਜਾਇਆ ਤਾਂ ਉਦੋਂ ਅਲੈਜਡ ਟੂ ਬੀ, ਜਿਹੜਾ ਕਿ ਹਜੇ ਵੈਰੀਫਾਈ ਨਹੀਂ ਹੋਇਆ, ਕਿ ਕੋਈ 2-3 ਸ਼ਾਟਸ ਫਾਇਰ ਹੋਏ ਆ, ਲੇਕਿਨ ਉਹ ਵੈਰੀਫਿਕੇਸ਼ਨ ਅਜੇ ਤੱਕ ਕਿਤੇ ਵੀ, ਜਿਹੜਾ ਸਾਡਾ ਵੀਡੀਓਗ੍ਰਾਫਰ ਵੀ ਹੈ ਆਫੀਸ਼ੀਅਲ ਉਹਦੇ 'ਤੇ ਵੀ ਦੇਖਿਆ ਗਿਆ, ਕੋਈ ਵੈਰੀਫਿਕੇਸ਼ਨ ਦੇਖੋ ਜੀ ਨਹੀਂ, ਉਹ ਇਕੱਠੇ ਹੋ ਕੇ ਸਰ ਫਾਇਰਿੰਗ ਦੀ ਗੱਲ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਹੈ ਜੀ, ਦੇਸੀ ਕੱਟੇ ਦੀ ਕਹਿੰਦੇ ਯੂਜ਼ ਕੀਤੇ ਗਏ ਨੇ। ਦੇਖੋ ਅਗਰ ਦੇਸੀ ਕੱਟਾ ਹੈਗਾ ਤਾਂ ਉਹਦਾ ਖੋਲ ਜੇ 3 ਫਾਇਰ ਹੁੰਦੇ ਆ ਤਾਂ ਦੇਸੀ ਕੱਟੇ 'ਚ ਇੱਕ ਹੀ ਚਲੇ ਜਾਂਦਾ ਜੀ। ਬੀਤੇ ਸਮੇਂ ਤੋਂ ਪੰਜਾਬ ਸਰਕਾਰ ਦੀ ਆਰਥਿਕ ਮੰਦਹਾਲੀ ਦਾ ਇਹ ਹਾਲ ਹੋ ਚੁੱਕਿਆ ਕਿ ਸਰਕਾਰ ਕੋਲ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਤੱਕ ਦੇ ਪੈਸੇ ਨਹੀਂ, ਜਿਸ ਦੇ ਚੱਲਦਿਆਂ ਹੁਣ ਕੈਪਟਨ ਰਾਜ ਤੋਂ ਕੈਪਟਨ ਸਾਹਿਬ ਦੇ ਮੁਲਾਜ਼ਮ ਹੀ ਤੰਗ ਪਰੇਸ਼ਾਨ ਨਜ਼ਰ ਆ ਰਹੇ ਨੇ। ਨਤੀਜੇ ਵਜੋਂ ਹੁਣ ਬਿਜਲੀ ਮੁਲਾਜ਼ਮ ਯੂਨੀਅਨ ਨੇ ਬਿਜਲੀ ਘਰ ਨੂੰ ਤਾਲਾ ਲਾ ਕੇ ਮੋਰਚਾ ਖੋਲ੍ਹ ਦਿੱਤਾ। ਦੇਖੋ ਮਨਪ੍ਰੀਤ ਬਾਦਲ ਕਰਦਾ ਕੀ ਹੇਰਾ ਫੇਰੀ 420 ਇੱਕੀ ਦੁੱਕੀ ਚੱਕ ਦਿਆਂਗੇ ਧੌਣ ਤੇ ਗੋਡਾ ਰੱਖ ਦਿਆਂਗੇ ਕੈਪਟਨ ਸਰਕਾਰ ਮੁਰਦਾਬਾਦ। ਜਦੋਂ ਤੋਂ ਕੈਪਟਨ ਸਾਹਿਬ ਨੇ ਮੁੱਖ ਮੰਤਰੀ ਦੀ ਕੁਰਸੀ ਤੇ ਕਬਜ਼ਾ ਕੀਤਾ ਉਦੋਂ ਤੋਂ ਹੀ ਅਜਿਹੀ ਪੜਾਸ ਹਰ ਰੋਜ਼ ਕਿਸੇ ਨਾ ਕਿਸੇ ਵਰਗ ਵੱਲੋਂ ਕੱਢੀ ਜਾ ਰਹੀ ਹੈ। ਪਰ ਹੁਣ ਕੈਪਟਨ ਰਾਜ ਤੋਂ ਆਮ ਲੋਕਾਂ ਦੇ ਨਾਲ ਨਾਲ ਕੈਪਟਨ ਸਾਹਿਬ ਦੇ ਮੁਲਾਜ਼ਮ ਵੀ ਤੰਗ ਪਰੇਸ਼ਾਨ ਨਜ਼ਰ ਆ ਰਹੇ ਨੇ, ਜਿਸ ਦਾ ਹੀ ਨਤੀਜਾ ਹੈ ਕਿ ਹੁਣ ਕੈਪਟਨ ਰਾਜ ਖਿਲਾਫ ਜੰਗ ਬਿਜਲੀ ਮੁਲਾਜ਼ਮ ਯੂਨੀਅਨ ਵੱਲੋਂ ਵਿੱਢੀ ਗਈ ਹੈ। ਦੇਖੋ ਕੈਪਟਨ ਸਾਲਾ ਮਰ ਗਿਆ, ਮੰਮੀ ਰੰਡੀ ਕਰ ਗਿਆ, ਕੈਪਟਨ ਸਾਲਾ ਮਰ ਗਿਆ, ਮੰਮੀ ਰੰਡੀ ਕਰ ਗਿਆ, ਮੁਲਾਜ਼ਮ ਰੋਜ਼ ਡਰ ਗਿਆ ਕੈਪਟਨ, ਤਨਖਾਹ ਨਾ ਦੇਣ ਵਾਲੇ ਮੁਰਦਾਬਾਦ 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 ਮਨਪ੍ਰੀਤ ਬਾਦਲ ਹਾਏ 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 ਰੱਜ ਕੇ ਪੱਟੋ ਹਾਏ 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 ਕੈਪਟਨ ਸਰਕਾਰ ਕਰਦੀ ਕੀ ਬੀਤੇ ਸਮੇਂ ਦਾ ਪੰਜਾਬ ਸਰਕਾਰ ਦੀ ਆਰਥਿਕ ਮੰਦਹਾਲੀ ਦਾ ਇਹ ਹਾਲ ਹੈ ਕਿ ਸਰਕਾਰ ਕੋਲ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਤੱਕ ਦੇ ਪੈਸੇ ਨਹੀਂ, ਜਿਸ ਕਾਰਨ ਮੁਲਾਜ਼ਮ 1 ਦਸੰਬਰ ਤੋਂ ਆਪਣੀਆਂ ਤਨਖਾਹਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ। ਲੰਮੀ ਉਡੀਕ ਤੋਂ ਬਾਅਦ ਹੁਣ ਬਿਜਲੀ ਮੁਲਾਜ਼ਮ ਯੂਨੀਅਨ ਨੇ ਇੱਕ ਹੋਰ ਬਿਜਲੀ ਘਰ ਨੂੰ ਤਾਲਾ ਲਗਾ ਬਗਾਵਤ ਦਾ ਐਲਾਨ ਕਰ ਦਿੱਤਾ। ਜਦੋਂ ਇਸ ਬਾਬਤ ਮੀਡੀਆ ਨੇ ਮੁਲਾਜ਼ਮਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕੈਪਟਨ ਸਰਕਾਰ ਤੇ ਤਿੱਖੇ ਵਾਰ ਕੀਤੇ, ਨਾਲ ਹੀ ਉਹਨਾਂ ਨੇ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ ਵੀ ਦਿੱਤੀ। ਤਨਖਾਹਾਂ ਜਿਹੜੀਆਂ ਪੈ ਜਾਂਦੀਆਂ ਸੀਗੀਆਂ, ਪਰ ਐਰਕੀ ਅੱਜ 4 ਤਰੀਕ ਹੋ ਗਈ ਆ, ਤਕਰੀਬਨ 1 ਵਜਣ ਵਾਲਾ, ਅਤੇ ਅਜੇ ਤੱਕ ਵੀ ਕਿਸੇ ਵੀ ਮੁਲਾਜ਼ਮ ਦੀ ਤਨਖਾਹ ਜਿਹੜੀ ਆ ਉਹ ਜਦੋਂ ਬਿਜਲੀ ਬੋਰਡ ਵੱਲੋਂ ਕੋਈ ਜਾਰੀ ਨਹੀਂ ਕੀਤੀ ਗਈ। ਇਹ ਧਰਨਾ ਸਾਡਾ ਜਿਹੜਾ ਜੀ ਟਿੱਲ, ਜਿੰਨਾ ਚਿਰ ਸਾਡੀਆਂ ਤਨਖਾਹਾਂ ਜਿਹੜੀਆਂ ਨਹੀਂ ਪੈਂਦੀਆਂ, ਇਹ ਧਰਨਾ ਸਿਰਫ ਇੱਥੇ ਸਾਡੇ ਸਰਕਲ 'ਚ ਹੀ ਨਹੀਂ ਗਾ,
ਪੰਜਾਬ ਰਾਜ ਬਿਜਲੀ ਬੋਰਡ ਦਾ ਹੈੱਡ ਆਫਿਸ ਪਟਿਆਲੇ ਦੇ ਜਿਹੜੇ ਆ ਤਿੰਨੇ ਗੇਟ ਹੈਗੇ ਉਹ ਕੱਲ੍ਹ ਤੋਂ ਪਰਸੋਂ ਤੋਂ ਸਾਡੀ ਸੀਨੀਅਰ ਲੀਡਰਸ਼ਿਪ ਜਿਹੜੀ ਪੰਜਾਬ ਲੈਵਲ ਦੀ ਆ ਉਹ ਘੇਰ ਕੇ ਉੱਥੇ ਬੈਠੀ ਆ ਗੇਟ ਬੰਦ ਨੇ ਕੋਈ ਕੰਮ ਨਹੀਂ ਹੋ ਰਿਹਾ ਨਾ ਕੋਈ ਕੰਮ ਹੋਣ ਹੀ ਦੇਣਾ ਕੋਈ ਕੰਪਲੇਂਟ ਆ ਜੇ ਅਸੀਂ ਨਹੀਂ ਕਰ ਰਹੇ ਜੀ ਹੋ ਸਕਦਾ ਇਸ ਤੋਂ ਗਾਂਹ ਮੁੜ ਕੇ ਅਸੀਂ ਆਪਣੇ ਜਿਹੜੇ ਬਿਜਲੀ ਘਰ ਆ ਇਹ ਵੀ ਬੰਦ ਕਰੀਏ ਮਜਬੂਰ ਹੋ ਕੇ ਸਾਡਾ ਕੋਈ ਸ਼ੌਂਕ ਨਹੀਂ ਆ ਵੀ ਜਿਹੜਾ ਕੁਛ ਕਰ ਰਹੇ ਸਾਡਾ ਸ਼ੌਂਕ ਨਹੀਂ ਮੈਂ ਜੇ ਤੁਸੀਂ ਸਾਡੇ ਨਾਲ ਪੱਤਰਕਾਰ ਵੀਰ ਸਿਆਣੇ ਜੇ ਰਾਤ ਦੀਆਂ ਤੁਸੀਂ ਕਲਿੱਪਾਂ ਤੁਹਾਡੇ ਵੀ ਮੋਬਾਈਲਾਂ 'ਤੇ ਆਈਆਂ ਹੋਣੀਆਂ ਜਿਹੜੀ ਕੱਲ੍ਹ ਮੀਟਿੰਗ ਹੋਈ ਆ ਉਹਦੇ ਵਿੱਚ ਕਲੀਅਰ ਕੱਟ ਉਹ ਦੱਸਣ ਡਏ ਆ ਕੈਬਨਿਟ ਸਾਹਿਬ ਆਪ ਬੈਠੇ ਉਹਨਾਂ ਦਾ ਮੰਤਰੀ ਮੈਂ ਨਾਂ ਨਹੀਂ ਲੈਣਾ ਉਹ ਕਹਿ ਰਿਹਾ ਜੀ ਮੈਂ ਰਾਜਸਥਾਨ ਗਿਆ ਉੱਥੋਂ ਮੈਂ ਇੱਕ ਕਾਲੀ ਚੀ ਦਵਾਈ ਲਿਆਇਆ ਬਾਅਦ ਦੇ ਵਿੱਚ ਇੱਕ ਮੈਡਮ ਮਿਨਿਸਟਰ ਵੀ ਬੈਠੇ ਆ ਆਹ ਤਾਂ ਮੀਟਿੰਗਾਂ ਦੇ ਵਿੱਚ ਸੀਰੀਅਸ ਹੋ ਕੇ ਗੱਲਾਂ ਕਰਨ ਡਏ ਅਤੇ ਦਵਾਈਆਂ ਖਾਣ ਡਏ ਆ ਕਾਲੀਆਂ ਦਵਾਈਆਂ ਇਹਨਾਂ ਨੇ ਮੁਲਾਜ਼ਮਾਂ ਦੇ ਬਾਰੇ ਕੀ ਸੋਚਣਾ ਅੱਜ ਵੀ ਜਿਹੜੀ ਮੀਟਿੰਗ ਕਰ ਰਿਹਾ ਮੈਂ ਤੁਹਾਨੂੰ ਦੱਸ ਦਿੰਦਾ ਉਹ ਠੱਗੀ ਦੀ 50,000 ਕਰੋੜ ਦਾ ਪ੍ਰੋਜੈਕਟ ਇਹਨਾਂ ਦੇ ਕੋਲ ਆਉਣਾ ਪਰ ਉਹਦੇ ਵਿੱਚ ਹੋ ਕੀ ਰਿਹਾ ਨਾਲ ਹੀ ਇਹਨਾਂ ਨੇ ਕੱਲ੍ਹ ਅਮੈਂਡਮੈਂਟ ਇਹ ਕਰਤੀ ਹੈਗੀ ਸਾਡਾ ਇੱਕ 1948 ਫੈਕਟਰੀ ਐਕਟ ਹੁੰਦਾ ਸੀ ਇੱਕ 1947 ਦਾ ਸਾਡਾ ਹੈਗਾ ਸੀਗਾ ਲੇਬਰ ਐਕਟ ਇੱਕ ਸਾਡਾ 1970 ਦਾ ਹੈਗਾ ਸੀਗਾ ਜਿਹੜੇ ਸਾਡੇ ਕੰਟਰੈਕਟ ਸਟਾਫ ਹੈ ਉਹਨਾਂ ਦਾ ਐਕਟ ਉਹਦੇ ਵਿੱਚ ਤਰਤੀਮ ਕਰਨ ਜਾ ਰਹੇ ਆ ਇਹ ਸਾਡੇ ਮੁਲਾਜ਼ਮ ਮਾਰੂ ਨੀਤੀਆਂ ਅੱਗੇ ਸਾਡੇ 10 ਬੰਦੇ ਹੁੰਦੇ ਸੀ ਫੈਕਟਰੀ ਐਕਟ 'ਚ ਰਜਿਸਟਰਡ ਹੋ ਜਾਂਦੇ ਸੀ ਅੱਜ ਪਰ 1948 ਐਕਟ ਉਹਨੂੰ ਹੁਣੇ ਰੱਦ ਕਰਕੇ ਹੁਣ ਇਹਨਾਂ ਨੇ ਕਰਤਾ 10 ਦੀ ਬਜਾਏ ਮਿਨੀਮਮ 20 ਬੰਦੇ ਚਾਹੀਦੇ ਆ ਜਿਹੜਾ ਸਾਡਾ ਕੰਟਰੈਕਟ ਐਕਟ ਸੀ ਉਹਦੇ ਵਿੱਚ 20 ਵਾਲਿਆਂ ਦੀ ਜਥੇਬੰਦੀ ਬਣ ਜਾਂਦੀ ਸੀ ਅਤੇ ਉਹਨੂੰ ਹੁਣ ਇਹਨਾਂ 40 ਬੰਦੇ ਕਰਤੇ ਆ ਤਾਂ ਕਿ ਮੁਲਾਜ਼ਮ ਇਕੱਠੇ ਹੋ ਹੀ ਨਾ ਸਕਣ ਸਾਡੇ ਨਾਲ ਆਣ ਕੇ ਕਰ ਨਾ ਸਕਣ ਝੂਠਿਆਂ ਦੀ ਸਰਕਾਰ ਆ ਝੂਠ ਬੋਲ ਕੇ ਇਹਨਾਂ ਸਰਕਾਰ ਬਣਾਈ ਸੀ ਕੈਪਟਨ ਸਾਹਿਬ ਦਾ ਆਪਣਾ ਵਾਅਦਾ ਸੀ ਕਿ ਮੈਂ 15 ਦਿਨ ਦੇ ਵਿੱਚ ਸਾਡੀਆਂ ਸਟੇਜਾਂ 'ਤੇ ਆਣ ਕੇ ਮੁਲਾਜ਼ਮਾਂ ਦੀ ਸਟੇਜਾਂ 'ਤੇ ਕੈਪਟਨ ਨੇ ਕਿਹਾ ਸੀ ਕਿ ਸਰਕਾਰ ਬਣਦੇ ਆ 15 ਦਿਨਾਂ 'ਚ ਅਸੀਂ ਪੇ ਕਮਿਸ਼ਨ ਦੀ ਰਿਪੋਰਟ ਜਿਹੜੀ ਉਹਨੂੰ ਲਾਗੂ ਕਰਾਂਗੇ ਸ਼ਰਮ ਦੀ ਗੱਲ ਆ ਕਿ ਇਸ ਵਿੱਤ ਮੰਤਰੀ ਨੇ ਇਸ ਕੈਪਟਨ ਸਰਕਾਰ ਨੇ ਸਾਨੂੰ ਪੇ ਕਮਿਸ਼ਨ 'ਤੇ ਕੀ ਦੇਣਾ ਸੀਗਾ ਸਾਡੀਆਂ ਤਨਖਾਹਾਂ ਵੀ ਜਿਹੜੀਆਂ ਉਹ ਵੀ ਰੋਕ ਕੇ ਬਹਿ ਗਏ ਕੈਪਟਨ ਸਾਹਿਬ ਦੀ ਵਾਅਦਾ ਖਿਲਾਫੀ ਕਾਰਨ ਕਿਸਾਨ ਕਾਫੀ ਭੜਕੇ ਨਜ਼ਰ ਆ ਰਹੇ ਨੇ ਜਿਸ ਦੇ ਚੱਲਦਿਆਂ ਆਪਣੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਕਿਸਾਨ ਜਥੇਬੰਦੀਆਂ ਨੇ ਬੀਤੇ 1 ਦਸੰਬਰ ਤੋਂ ਲਗਾਤਾਰ ਮੋਰਚਾ ਖੋਲ੍ਹ ਰੱਖਿਆ ਜਿਸ ਦੇ ਚੱਲਦਿਆਂ ਅੱਜ ਧਰਨੇ ਦੇ 3ਰੇ ਦਿਨ ਕਿਸਾਨ ਜਥੇਬੰਦੀਆਂ ਨੇ ਜੰਗ ਤੇਜ਼ ਕਰਦਿਆਂ ਟ੍ਰੇਨ ਰੋਕ ਕੇ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢੀ ਦੇਖੋ ਵਿਧਾਨ ਸਭਾ ਚੋਣਾਂ 2017 ਵੇਲੇ ਮੀਂਹ ਵਾਂਗ ਵਾਅਦਿਆਂ ਦੀ ਝੜੀ ਲਗਾਉਣ ਵਾਲੀ ਸੂਬਾ ਸਰਕਾਰ ਹੁਣ ਕਸੂਤੀ ਘਿਰਦੀ ਨਜ਼ਰ ਆ ਰਹੀ ਹੈ ਖਜ਼ਾਨਾ ਖਾਲੀ ਹੈ ਦਾ ਪੀਪਾ ਖੜਕਾ ਰਹੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਕਿਸਾਨ ਜਥੇਬੰਦੀਆਂ ਨੇ ਤਿਆਰੀ ਵਿੱਢ ਲਈ ਤੇ 1 ਦਸੰਬਰ ਤੋਂ ਲਗਾਤਾਰ ਧਰਨਾ ਜਾਰੀ ਹੈ ਗੰਨਾ ਮਿੱਲਾਂ ਵੱਲ ਪਿਆ ਬਕਾਇਆ ਨਾ ਜਾਰੀ ਹੋਣ ਅਤੇ ਆਪਣੀਆਂ ਹੋਰ ਹੱਕੀ ਮੰਗਾਂ ਨੂੰ ਲੈ ਕੇ 1 ਦਸੰਬਰ ਨੂੰ ਜੋ ਧਰਨਾ ਲਗਾਇਆ ਗਿਆ ਸੀ ਉਸ ਦੇ 3ਜੇ ਦਿਨ ਟ੍ਰੇਨਾਂ ਰੋਕਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਤਹਿਤ ਕਿਸਾਨ ਜਥੇਬੰਦੀਆਂ ਨੇ ਅੰਮ੍ਰਿਤਸਰ ਖੇਮਕਰਨ ਮਾਰਗ ਤੇ ਗੋਲਵਾੜ ਨੇੜੇ DMU ਟ੍ਰੇਨ ਰੋਕ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਸਾਡੀਆਂ ਮੰਗਾਂ ਮੰਨੇ ਜਾਂ ਸਾਡੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਕੇ ਉਹਨਾਂ ਦਾ ਹੱਲ ਕੱਢਿਆ ਜਾਵੇ ਨਹੀਂ ਤਾਂ ਉਹ ਅਣਮਿੱਥੇ ਸਮੇਂ ਲਈ ਟ੍ਰੇਨਾਂ ਰੋਕਣ ਲਈ ਆਪਣੀ ਹਾਈ ਕਮਾਂਡ ਨਾਲ ਗੱਲ ਕਰਨਗੇ ਕਿਸਾਨ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਸਾਡੇ ਅਤੇ ਪੁਲਿਸ ਵਿਚਾਲੇ ਟਕਰਾਅ ਕਰਵਾ ਰਹੀ ਹੈ ਅਤੇ ਪੁਲਿਸ ਕਿਸਾਨ ਆਗੂਆਂ ਨੂੰ ਘਰੋਂ ਚੁੱਕ ਕੇ ਥਾਣਿਆਂ ਵਿੱਚ ਲਿਜਾ ਕੇ ਬੰਦ ਕਰ ਰਹੇ ਹਨ ਜੋ ਕਿਸੇ ਮੁਸ਼ਕਲ ਦਾ ਹੱਲ ਨਹੀਂ ਮੰਗਾਂ ਦੇ ਸੰਬੰਧ ਦੇ ਵਿੱਚ ਪੰਜਾਬ ਪੱਧਰੀ ਸਾਡਾ ਧਰਨਾ ਵਾ ਜਿਹੜਾ 1 ਤਰੀਕ ਤੋਂ ਆਰੰਭ ਹੋਇਆ ਸੀ ਅਤੇ ਉਹ ਅੱਜ 3ਜੇ ਦਿਨ ਦੇ ਵਿੱਚ ਪਹੁੰਚਿਆ ਵਾ ਉਹਨੂੰ 3ਜੇ ਦਿਨ 'ਤੇ ਰਾਤ ਦੀਆਂ ਸਾਡੇ ਘਰੋਂ ਘਰੀ ਪੁਲਿਸ ਦੀਆਂ ਧਾੜਾਂ ਜਿਹੜੀਆਂ ਵਾ ਉਹ ਸਰਕਾਰ ਨੇ ਚੜ੍ਹਾਈਆਂ ਵਾ ਸਾਡੇ ਭਾਈਚਾਰੇ ਦੇ ਨਾਲ ਸਾਡੇ ਮੁਲਾਜ਼ਮਾਂ ਦੇ ਨਾਲ ਕਿਸਾਨਾਂ ਮਜ਼ਦੂਰਾਂ ਦਾ ਸਰਕਾਰ ਟਕਰਾਅ ਕਰਾ ਕੇ ਜਿਹੜਾ ਵਾ ਇਹ ਤਮਾਸ਼ਾ ਵੇਖ ਰਹੀ ਆ ਜਦੋਂ ਕਿ ਜਿਹੜੇ ਸਿਆਣੇ ਅਧਿਕਾਰੀ ਸੀ ਉਹ ਆਗੂਆਂ ਨੂੰ ਉੱਥੇ ਵੇਖ ਕੇ ਵੀ ਜਿਹੜਾ ਉਹ ਨਹੀਂ ਨਾਲ ਲੈ ਕੇ ਆਏ ਕਹਿੰਦੇ ਠੀਕ ਆ ਯਾਰ ਅਸੀਂ ਆਪਣਾ ਜਿਹੜੀ ਉਹ ਜ਼ਿੰਮੇਵਾਰੀ ਪੂਰੀ ਕਰ ਲਈ ਆ ਤੁਸੀਂ ਜਿਹੜੀ ਇੱਥੇ ਲੜਾਈ ਦੇ ਰਹੇ ਜੀ ਉਹ ਸਰਬੱਤੇ ਭਲੇ ਦੀ ਆ ਜਿਹੜੀ ਕੋਈ ਚੀਜ਼ ਇੱਥੋਂ ਧਰਨੇ ਮਜ਼ਾਰ 'ਚੋਂ ਮਿਲਣੀ ਆ ਉਹ ਸਾਡਾ ਵੀ ਹੱਕ ਵਾ ਪਰ ਕੁਝ ਨੇ ਮਤਲਬ ਆਪਣੀ ਅਫਸਰਸ਼ਾਹੀ ਵਿਖਾਉਂਦੇ ਹੋਇਆ ਸਾਡੇ ਕਿਸਾਨਾਂ ਨੂੰ ਥਾਣਿਆਂ ਦੇ ਵਿੱਚ ਵੀ ਡੱਕਿਆ ਵਾ ਉਹਨਾਂ ਨੇ
ਅੱਜ ਰਸਤੇ ਦੇ ਵਿੱਚ ਵੀ ਬੜੀ ਰੋਕ ਰਕਾਈ ਕੀਤੀ ਆ। ਅਸੀਂ ਚਾਹੁੰਦੇ ਇਹ ਹਾਂ ਵੀ ਸ਼ਾਂਤਮਈ ਕੰਮ ਜਿਹੜਾ ਉਹ ਸ਼ਾਂਤਮਈ ਤਰੀਕੇ ਦੇ ਨਾਲ ਨਿਬੜਦਾ ਵਾ। ਜੇ ਸਰਕਾਰਾਂ ਸੁਹਿਰਦ ਨੇ ਤਾਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਦੇ ਵਿੱਚ ਕੀ ਦਿੱਕਤ ਹੋਣੀ ਚਾਹੀਦੀ ਆ? ਇਹ ਜੀ ਆ ਵਰਪਾਲਾਂ ਦੇ ਲਾਗੇ ਆ, ਮਤਲਬ ਜਿਹੜਾ ਵਾ ਰੇਲਵੇ ਟਰੈਕ ਗੋਲਵੜ ਜਿੱਥੇ ਇੱਥੇ ਰੇਲ ਡੱਕੀ ਹੋਈ ਆ ਜੀ। ਰੇਲਵੇ ਦਾ ਅੱਜ ਸਾਡਾ ਤੀਜੇ ਦਿਨ ਦਾ ਰੇਲਵੇ ਦਾ ਐਲਾਨ ਸੀਗਾ ਵੀ ਜੇ ਮਸਲਿਆਂ ਦਾ ਹੱਲ ਨਾ ਨਿਕਲਿਆ ਤਾਂ ਫਿਰ ਰੇਲਵੇ ਟਰੈਕ ਜਾਮ ਹੋਣਗੇ। ਇਸ ਸਾਡੀ ਉੱਪਰਲੀ ਆਪਣੀ ਜਮਾਤ ਦੇ ਨਾਲ ਗੱਲਬਾਤ ਹੋ ਰਹੀ ਆ, ਇਹਨੂੰ ਸਰਕਾਰ ਚਾਹੇ ਤਾਂ ਹੁਣ ਘੰਟੇ ਦੇ ਵਿੱਚ ਨਿਬੜ ਸਕਦੀ ਹੈ ਜੇ ਗੱਲਬਾਤ ਲਈ ਟੇਬਲ ਤਿਆਰ ਹੋ ਤੇ, ਜੇ ਨਹੀਂ ਤਾਂ ਇਹ ਲੰਮਾ ਵੀ ਹੋ ਸਕਦਾ ਵਾ। ਇਹ ਫਿਰੋਜ਼ਪੁਰ ਵੀ ਚੱਲ ਰਿਹਾ, ਅੰਮ੍ਰਿਤਸਰ ਵੀ ਚੱਲ ਰਿਹਾ, ਵੱਡਾ ਮਤਲਬ ਹਾਈਵੇ 'ਚ ਰੇਲਵੇ ਟਰੈਕ ਜਿਹੜਾ ਵੀ ਜਾਮ ਆ, ਹੋਰ ਵੀ ਕਈ ਜਗ੍ਹਾ 'ਤੇ ਕਈ ਥਾਵਾਂ 'ਤੇ ਰਸਤੇ ਵੀ ਜਾਮ ਜੇ। ਇਹ ਸਨ ਹੁਣ ਤੱਕ ਦੀਆਂ ਤਾਜ਼ਾ ਖਬਰਾਂ, ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਆ ਗਿਆ ਸਤਿ ਸ਼੍ਰੀ ਅਕਾਲ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।